ਤੇ ਸਿੰਘਾਂ ਨੂੰ ਪ੍ਰਵਾਨਗੀ ਦਿੱਤੀ, ਮੋਹਰਾਂ ਲਾ ਕੇ ਹੁਕਮਨਾਮੇ ਲਿਖ ਕੇ ਦਿੱਤੇ ਵੀ ਖਾਲਸੇ ਨੂੰ ਮੰਨਣਾ ਹੈ, ਕਿਸੇ ਮਸੰਦ ਨੂੰ ਨਹੀਂ ਮੰਨਣਾ। ਹੁਣ ਖੰਡਾ ਪਾਹੁਲ ਮਿਲੇ ਖੁਦ ਤੌਰ, ਔਰ ਇਹ ਕਹਿ ਦਿੱਤਾ ਵੀ ਭਾਈ ਤੁਸੀਂ ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਹੋ, ਖੰਡੇ ਦੀ ਪਹੁਲ ਲੈ ਕੇ ਸਿੰਘ ਸਜੋ ਤੇ ਹਥਿਆਰ ਬੰਨੋ, ਸ਼ਸਤਰ ਸਜਾਓ। ਜਹ ਜਹ ਪੰਜ ਭੁਜੰਗੀ ਹੋਏ, ਜਿੱਥੇ ਜਿੱਥੇ ਪੰਜ ਸਿੰਘ ਹੋਣ ਉਹਨਾਂ ਕੋਲ ਜਾ ਕੇ ਪੰਜਾਂ ਸਿੰਘਾਂ ਕੋਲੋਂ ਅੰਮ੍ਰਿਤ ਛਕਿਆ ਕਰੋ। ਗੁਰਦੁਆਰਾ ਤੁਲ ਮੰਨ ਲਿਓ ਸੋਏ, ਜਿੱਥੇ ਪੰਜ ਸਿੰਘ ਨੇ ਉਹ ਸਮਝੋ ਗੁਰਦੁਆਰਾ ਹੀ ਹੈ। ਇਹ ਮੰਨ ਲੈਣਾ ਵੀ ਗੁਰਦੁਆਰੇ ਖਾਸ ਤੌਰ 'ਤੇ ਅਨੰਦਪੁਰ ਸਾਹਿਬ ਜਾਂ ਅੰਮ੍ਰਿਤਸਰ ਜਾਣਾ ਨਹੀਂ ਜਾ ਸਕਦੇ, ਜਿੱਥੇ ਵੀ ਕਿਸੇ ਪਿੰਡ 'ਚ ਪੰਜ ਸਿੰਘ ਪਹੁੰਚ ਗਏ ਸਮਝੋ ਉਹ ਹੀ ਗੁਰਦੁਆਰਾ, ਉਹ ਪੰਜ ਸਿੰਘ ਹੀ ਅੰਮ੍ਰਿਤ ਛਕਾ ਦੇਣਗੇ ਸਮਝੋ ਗੁਰੂ ਹੀ ਛਕਾ ਰਿਹਾ। ਹਾਂਜੀ, ਪੰਜ ਭੁਜੰਗੀ ਜਹ ਇਕੱਤਰ ਹੋਏ, ਜਿੱਥੇ ਪੰਜ ਭੁਜੰਗੀ ਹੋਣਗੇ ਤਿਆਰ ਬਰ ਤਿਆਰ, ਸਿੰਘ ਸ਼ਸਤਰ ਧਾਰੀ ਬਾਣੀ ਬਾਣੇ ਦੇ ਧਾਰਨੀ, ਬੇਸ਼ੱਕ ਪਾਹੁਲ ਕਰ ਪਿਆਵੇ ਸੋਏ, ਉਹਨਾਂ ਨੂੰ ਅਧਿਕਾਰ ਹੈ ਬਿਨਾਂ ਸ਼ੱਕ ਉਹ ਅੰਮ੍ਰਿਤ ਛਕਾ ਸਕਦੇ ਨੇ। ਪੰਜ ਭੁਜੰਗੀਆਂ ਤੇ ਅਰਦਾਸ ਕਰਾਓ, ਭਾਈ ਜੇ ਤੁਹਾਡਾ ਕੋਈ ਕੰਮ ਅੜਿਆ ਤੇ ਹੁਣ ਤੁਸੀਂ ਗੁਰੂ ਸਾਹਿਬ ਦਾ ਰੂਪ ਸਮਝ ਕੇ ਪੰਜਾਂ ਕੋਲੋਂ ਅਰਦਾਸ ਕਰਾਇਆ ਕਰੋ। ਜੋ ਮੰਗੋ ਸੋਈ ਫਲ ਪਾਓ, ਜੋ ਮੰਗੋਗੇ ਉਹ ਫਲ ਮਿਲੇਗਾ। ਗੁਰਦੁਆਰਨ ਚੜਾਵੇ ਸਿੰਘ ਹੀ ਖਾਏ, ਗੁਰਦੁਆਰਿਆਂ ਦੇ ਚੜਾਵੇ ਜਿਹੜੇ ਨੇ ਹੁਣ ਮਸੰਦਾਂ ਨੂੰ ਨਹੀਂ ਮਿਲਣਗੇ, ਸਿੰਘ ਹੀ ਛਕਿਆ ਕਰਨਗੇ। ਜੋ ਬਚ ਰਹਾ ਤਾਂ ਮੈਂ ਪਹੁੰਚਾਏ, ਜਿਹੜਾ ਉੱਥੋਂ ਬਚ ਜਾਵੇ ਉਹ ਸਾਡੇ ਕੋਲ ਅਨੰਦਪੁਰ ਸਾਹਿਬ ਭੇਜਿਆ ਕਰੋ, ਨਹੀਂ ਤਾਂ ਪਟਨੇ ਸਾਹਿਬ ਦਾ ਖਜ਼ਾਨਾ ਉਹ ਪਟਨੇ ਸਾਹਿਬ ਉੱਥੇ ਲੰਗਰ ਲਾ ਦਿਓ, ਜਿਹੜਾ ਬੁਰਹਾਨਪੁਰ ਦੇ ਇਲਾਕੇ ਵਿੱਚ ਹੈ ਉੱਥੇ ਬੁਰਹਾਨਪੁਰ ਵੱਲ ਲਾ ਦਿਓ, ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਉੱਥੇ ਲੰਗਰ ਛਕਾਈ ਜਾਓ, ਅੰਮ੍ਰਿਤ ਛਕਾਈ ਜਾਓ, ਸਾਨੂੰ ਮਾਇਆ ਦਾ ਲਾਲਚ ਨਹੀਂ ਹੈ। ਜੇ ਕੋਈ ਬਚ ਜਾਵੇ ਕੌਡੀ ਦਮੜੀ ਗੁਰੂ ਦੀ ਅਨੰਦਪੁਰ ਸਾਹਿਬ ਭੇਜ ਦਿਆ ਕਰੋ, ਨਹੀਂ ਤਾਂ ਭਾਈ ਸੰਗਤ ਵਿੱਚ ਹੀ ਅੰਮ੍ਰਿਤ ਸੰਚਾਰ ਤੇ ਹੀ ਸਾਰਾ ਖਰਚਾ ਕਰੋ। ਦਏ ਚਿੱਠੇ ਵੱਲ ਸੰਗਤ ਘੱਲ, ਮਹਾਰਾਜ ਦੇ ਚਿੱਠੇ, ਆਮ ਲੋਕਾਂ ਦੀ ਬੋਲੀ ਚਿੱਠੀ ਹੁੰਦੀ ਹੈ, ਖਾਲਸਾ ਚਿੱਠਾ ਕਹਿੰਦਾ, ਇਹ ਬੋਲੀ ਹੈ ਪੁਰਾਤਨ ਸਿੰਘਾਂ ਦੀ, ਪੁਲਿੰਗ ਸ਼ਬਦ ਵਰਤਦੇ ਆ, ਇਸਤਰੀ ਲਿੰਗ ਸ਼ਬਦ ਘੱਟ ਯੂਜ ਕਰਦੇ। ਕਹਿੰਦੇ ਚਿੱਠੇ ਭੇਜ ਦਿੱਤੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ, ਹੁਕਮਨਾਮੇ ਭੇਜ ਦਿੱਤੇ, ਖੰਡਾ ਪਾਹੁਲ ਲਓ ਆਏ ਚੱਲ, ਬਈ ਆਓ ਭਾਈ ਖੰਡੇ ਦੀ ਪਹੁਲ ਛਕੋ, ਅੰਮ੍ਰਿਤ ਛਕੋ ਸਿੰਘ ਸਾਰੇ। ਖੰਡਾ ਪਾਹੁਲ ਪੀ ਹੋਵੋ ਤੇਜ ਧਾਰੀ, ਖੰਡੇ ਦਾ ਅੰਮ੍ਰਿਤ ਛਕ ਕੇ ਤੇਜ ਧਾਰੀ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ ਦੇਸ਼ ਦੀ ਕੌਮ ਦੀ ਮਰਿਆਦਾ ਦੀ ਸਭਿਅਤਾ ਦੀ ਰਾਖੀ ਵਾਸਤੇ। ਲਓ ਤੁਰਕਣ ਕੋ ਅਬ ਤੁਮ ਮਾਰੀ, ਹੁਣ ਸਮਾਂ ਹੈ ਤੁਰਕਾਂ ਦਾ ਰਾਜ ਖਤਮ ਕਰਕੇ ਆਪਣਾ ਖਾਲਸੇ ਦਾ ਰਾਜ ਕਾਇਮ ਕਰ ਦਈਏ। ਖੰਡਾ ਪਾਹੁਲ ਮੈਂ ਭਈ ਅਬ ਕਲਾ, ਹੁਣ ਖੰਡੇ ਦੇ ਅੰਮ੍ਰਿਤ ਵਿੱਚ ਸ਼ਕਤੀ ਪਾਈ ਅਸੀਂ, ਤੁਰਕ ਜਾਊਗਾ ਨੱਠ ਪੰਥ ਅਟੱਲਾ, ਹੁਣੇ ਔਰੰਗਜ਼ੇਬ ਦਾ ਰਾਜ ਖਤਮ ਹੋ ਜਾਏਗਾ, ਇਹ ਜ਼ਾਲਮ ਨੱਠ ਜਾਣਗੇ ਤੇ ਸਿੰਘਾਂ ਦਾ ਰਾਜ ਹੋਏਗਾ। ਦੋਹਰਾ ਸਤਿਗੁਰ ਕਿਨੇ ਬਚਨ ਜੋ ਸੋ ਲਏ ਮਝੈਲਣ ਮਨ, ਉਹ ਬਚਨ ਜਿਹੜੇ ਮਾਰੇ ਕਲਗੀਧਰ ਪਾਤਸ਼ਾਹ ਨੇ ਕੀਤੇ, ਸਭ ਤੋਂ ਪਹਿਲਾਂ ਮਾਝੇ ਦੇ ਸਿੰਘਾਂ ਨੇ ਅੰਗੀਕਾਰ ਕੀਤੇ। ਔਰਨ ਭੇਜਨ ਕਿਨ ਮੰਨੇ ਭਏ ਭਾਗ ਉਨ ਧਨ, ਮਾਲਵੇ ਦੇ ਸਿੰਘਾਂ ਨੇ, ਦੁਆਬੇ ਦੇ ਸਿੰਘਾਂ ਨੇ, ਪਠੋਹਾਰ ਦੇ ਸਿੰਘਾਂ ਨੇ, ਲੰਮੇ ਦੇਸ਼ ਦੇ ਸਿੰਘਾਂ ਨੇ, ਨੱਕੇ ਦੇਸ਼ ਦੇ ਸਿੰਘਾਂ ਨੇ, ਕਾਬਲ ਤੱਕ ਜਿੰਨੇ ਸਿੰਘਾਂ ਨੇ ਬਚਨ ਮੰਨੇ ਉਹ ਧਨ ਹੋ ਗਏ। ਇੱਥੋਂ ਤੱਕ ਵੀ ਜਿਹੜੇ ਬਿਹਾਰ ਦੇ ਸਿੰਘ ਸਨ ਅੰਮ੍ਰਿਤ ਛਕ ਕੇ, ਉਹ ਵੀ ਸਿੰਘ ਸਜੇ। ਉੜੀਸਾ ਵਿੱਚੋਂ ਦੇਖੋ ਸਿੰਘ ਆਏ, ਦੁਆਰਕਾ ਤੋਂ ਸਿੰਘ ਆਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਚਾਉ ਪਈ ਇਮ ਖਾਲਸੇ ਪੰਥ ਭਇਓ ਉਤਪੰਨ, ਇਸ ਤਰ੍ਹਾਂ ਖਾਲਸਾ ਪੰਥ ਉਤਪੰਨ ਹੋਇਆ, ਪੈਦਾ ਹੋਇਆ। ਕੈਪਟਨ ਮਰੀ ਨੂੰ ਅੰਗਰੇਜ਼ਾਂ ਨੂੰ ਸਿੰਘ ਦੱਸ ਰਹੇ ਭਾਈ ਰਤਨ ਸਿੰਘ ਜੀ, ਦੇਖ ਸਤਿਗੁਰ ਬਹੁ ਹੋਏ ਪ੍ਰਸੰਨ। ਤੇ ਫਿਰ ਮਹਾਰਾਜ ਪੰਥ ਵੱਲ ਵੇਖ ਕੇ ਖੁਸ਼ੀਆਂ ਕਰਦੇ ਆ, ਉਹਨਾਂ ਦੀ ਖੁਸ਼ੀ ਹੈ ਵੀ ਖਾਲਸਾ ਪੰਥ ਸੱਜ ਗਿਆ ਹੈ। ਸਤਿਗੁਰ ਖਾਲਸਾ ਸ਼ਸਤਰ ਫੜਾਵੇ, ਮਹਾਰਾਜ ਸਿੰਘਾਂ ਨੂੰ ਸ਼ਸਤਰ ਫੜਾ ਦਿੱਤੇ ਕਲਗੀਧਰ ਪਿਤਾ ਜੀ ਨੇ। ਭਾਂਤਾ ਭਾਂਤ ਪੁਸ਼ਾਕ ਪਹਿਰਾਵਾ, ਔਰ ਭਾਂਤ ਭਾਂਤ ਦੇ ਸੁੰਦਰ ਪੁਸ਼ਾਕੇ ਵੀ ਸਿੰਘਾਂ ਨੂੰ, ਰਾਜਿਆਂ ਵਾਲੇ ਮਹਾਰਾਜਿਆਂ ਵਾਲੇ ਜਿਹੜੇ ਪੁਸ਼ਾਕੇ ਸੀਗੇ ਨਾ, ਉਸ ਵੇਲੇ ਜਿਹੜੇ ਬਾਦਸ਼ਾਹ ਲੋਕ ਪਾਇਆ ਕਰਦੇ ਸੀ, ਉਹ ਮਹਾਰਾਜ ਨੇ ਖਾਲਸੇ ਨੂੰ ਪੁਸ਼ਾਕੇ ਪਵਾਏ। ਮਦ ਸਤਿਗੁਰ ਬਹਿ ਮੰਜੀ ਡਹਾਏ, ਤੇ ਮਹਾਰਾਜ ਵਿੱਚ ਤਖਤ ਡਾਹ ਕੇ ਬੈਠਿਆ ਕਰਦੇ ਸੀ, ਖਾਲਸੇ ਦੇ ਵਿਚਕਾਰ ਬੈਠਿਆ ਕਰਦੇ ਸੀ ਸਿੰਘਾਂ ਦੇ। ਚੁਫੇਰੇ ਖੜਾ ਸਿੰਘ ਸ਼ਸਤਰ ਲਗਾਏ, ਮਹਾਰਾਜ ਮੰਜੇ ਤੇ ਬੈਠਦੇ ਸੀ ਤੇ ਆਲੇ ਦੁਆਲੇ ਸਿੰਘ ਸ਼ਸਤਰ ਬੰਦੂਕਾਂ ਤੀਰ ਕਮਾਨ ਬਰਛੇ ਫੜ ਕੇ ਖਲੋਂਦੇ ਸੀ, ਉਹ ਦਰਬਾਰ ਦਾ ਨਜ਼ਾਰਾ ਹੀ ਅਲੌਕਿਕ ਹੁੰਦਾ ਸੀ। ਜਿਮ ਗੋਪਨ ਮਦ ਕਾਨ ਬਿਰਾਜਾ, ਏਦਾਂ ਜਿਵੇਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਗਵਾਲਿਆਂ ਦੀ ਫੌਜ ਜਾਦਵਾਂ ਦੇ ਵਿੱਚ ਸੋਭਿਆ ਕਰਦੇ ਸੀਗੇ। ਤਿਮ ਸਤਿਗੁਰ ਸਿੰਘਣ ਮਦ ਛਾਜਾ, ਏਦਾਂ ਸਤਿਗੁਰੂ ਆਪਣੇ ਖਾਲਸੇ ਚ ਸੋਭਦੇ ਸੀਗੇ। ਕਵੈਦ ਕਰਾਵੇ ਸਿੰਘਣ ਦੁੜਾਈ, ਰੋਜ਼ ਮਹਾਰਾਜ ਢਲੇ ਦੁਪਹਿਰੇ ਚਰਨ ਗੰਗਾ ਨਦੀ ਹੈ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਅੱਜ ਕੱਲ੍ਹ ਸਟੇਡੀਅਮ ਚਰਨ ਗੰਗਾ ਬਣਿਆ, ਘੋੜ ਦੌੜ ਹੁੰਦੀ ਹੈ ਹਰ ਸਾਲ, ਹੋਲਾ ਮਹੱਲਾ ਖੇਡਿਆ ਜਾਂਦਾ, ਉਸ ਚਰਨ ਗੰਗਾ ਨਦੀ ਚਰਨ ਪਾਉਂਦੇ ਸਤਿਗੁਰੂ ਅਤੇ ਪਾਤਸ਼ਾਹ ਮੰਜੇ 'ਤੇ ਬੈਠ ਜਾਣਾ ਅਤੇ ਸਿੰਘਾਂ ਨੇ ਕੋਲ ਖਲੋ ਕੇ ਫਿਰ ਕਵਾਇਦਾਂ ਕਰਨੀਆਂ, ਘੋੜੇ ਦੌੜਾਉਣੇ
तीरअंदाजी करनी, बरछा सुटना, नेजा ते इदां दे सारे शस्त्रां दा अभ्यास करांदे सतगुरु। किता च फेर देखा खड़वाई, किते महाराज सिंघां नूं इदां खड़े करके जिवें परेड लैणी हुंदी है ना, इदां महाराज सिंघां दी परेड लैंदे, उहनां देखदे सिंघां दे शरीर नूं, सिंघां दे तंदरुस्ती, उहनां दा सारा जिवें मैडिकल चैकअप हुंदा ना, इदां महाराज करिया करदे सी। हुण तां इह मर्यादा भुल गई, पुरातन समें विच अमृत छकाण तों पहलां पुछिया करदे सी ਵੀ ਤੇਰਾ ਬਈ ਨਾਂ ਕੀ ਹੈ, ਪਿੰਡ ਕਿਹੜਾ, ਜਾਤੀ ਕੀ ਹੈ, ਉਹ ਸਾਰਾ ਕੁਝ ਪੁੱਛ ਕੇ ਉਹਨੂੰ ਅੰਮ੍ਰਿਤ ਛਕਾ ਕੇ ਫਿਰ ਕਹਿੰਦੇ ਸੀ। ਉਹ ਕਿਉਂ ਪੁੱਛਦੇ ਸੀਗੇ? ਉਹਦਾ ਮਤਲਬ ਸੀ ਵੀ ਜਿਵੇਂ ਫੌਜ 'ਚ ਭਰਤੀ ਹੁੰਦੀ ਨਾ, ਉਹਦਾ ਪਿੰਡ ਪਤਾ ਟਿਕਾਣਾ ਨੋਟ ਹੋ ਜਾਵੇ। ਉਹ ਬੰਦਾ ਸਿਪਾਹੀ ਜੇ ਜੰਗ 'ਚੋਂ ਭੱਜੇਗਾ ਵੀ ਤਾਂ ਉਹਨੂੰ ਪਿੰਡੋਂ 'ਤੇ ਫੜ ਕੇ ਲੈ ਆਵਾਂਗੇ ਨਾ, ਜਿਵੇਂ ਫੌਜ ਵਾਲੇ ਭੱਜਣ ਵਾਲੇ ਦਾ ਕੋਰਟ ਮਾਰਸ਼ਲ ਕਰਦੇ। ਉਸ ਵੇਲੇ ਖਾਲਸਾ ਉਹਦਾ ਸਾਰਾ ਪਤਾ ਲੈ ਕੇ ਫਿਰ ਉਹਨੂੰ ਅੰਮ੍ਰਿਤ ਛਕਾ ਕੇ ਕਹਿੰਦੇ ਸੀ, ਅੱਜ ਤੋਂ ਬਾਅਦ ਤੇਰੀ ਜਾਤ ਗੋਤ ਖਾਲਸਾ ਹੋ। ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਦੇਵਾਂ ਵਾਸੀ ਅਨੰਦਪੁਰ ਸਾਹਿਬ ਦੇ ਹੋ ਗਏ। ਸੋ ਇਹ ਮਰਿਆਦਾ ਸੀਗੀ ਅੰਮ੍ਰਿਤ ਸੰਚਾਰ ਦੀ ਪੁਰਾਤਨ ਸਮੇਂ 'ਚ। ਸੋ ਉਹ ਉਸ ਤਰੀਕੇ ਨਾਲ ਮਹਾਰਾਜ ਸਿੰਘਾਂ ਦੀ ਪਰੇਡ ਲੈਂਦੇ ਆ, ਉਹਨਾਂ ਨੂੰ ਤਿਆਰ ਪਰ ਤਿਆਰ ਹੋ ਕੇ ਦੇਖਦੇ ਆ। ਹਾਂਜੀ, ਕਿਸੇ ਬਹਾਲੇ ਦੇ ਉਠਾਈ, ਕਿਸੇ ਨੂੰ ਬਹਿ ਕੇ ਵਾਰ ਕਰਨਾ ਸਿਖਾਉਂਦੇ ਆ, ਕਿਸੇ ਨੂੰ ਦੌੜ ਕੇ ਵਾਰ ਕਰਨਾ ਸਿਖਾਉਂਦੇ ਆ, ਕਿਸੇ ਉਠਾਵੇ ਕਿਸ ਦੇ ਨਸਾਈ, ਕਿਸੇ ਨੂੰ ਨਸਾ ਕੇ ਦੇਖਦੇ, ਦੌੜਾਂ ਲਵਾਉਂਦੇ ਸਿੰਘਾਂ ਦੀਆਂ ਵੀ ਦੇਖਦੇ, ਸਾਹ ਤਾਂ ਨਹੀਂ ਚੜ੍ਹਦਾ। ਜੰਗ ਦੇ ਮੈਦਾਨ 'ਚ 50-50 ਮੀਲ ਦੌੜਨਾ ਪੈਂਦਾ ਜੰਗ ਦੇ ਵਿੱਚ, ਇਹ ਨਹੀਂ ਵੀ ਇੱਥੇ ਹੀ ਲੜਾਈ ਹੋਣੀ। ਜਾਂ ਦੌੜਨਾ ਪੈ ਜਾਵੇ 50 ਮੀਲ 100 ਮੀਲ ਦੌੜਨਾ ਪੈਂਦਾ ਫੌਜੀਆਂ ਨੂੰ, ਅਤੇ ਮਹਾਰਾਜ ਸਿੰਘਾਂ ਨੂੰ ਦੌੜਾ ਦੌੜਾ ਕੇ ਉਹਨਾਂ ਦਾ ਸਟੈਮਿਨਾ ਬਣਾਉਂਦੇ, ਉਹਨਾਂ ਦਾ ਸਰੀਰਕ ਬਲ, ਉਹਨਾਂ ਦੀ ਕਸਰਤ ਪੂਰੀ ਕਰਾਉਂਦੇ ਰੋਜ਼। ਕਿਸੇ ਫੜਾਵੇ ਮੋਟੇ ਸੋਟੇ, ਅਤੇ ਬੜੇ ਬੜੇ ਮੋਟੇ ਸੋਟੇ ਪਹਿਲਾਂ ਸਭ ਤੋਂ ਉਹਨਾਂ ਨੂੰ ਫੜਾਉਂਦੇ, ਕਿਉਂਕਿ ਜਦੋਂ ਮੋਟਾ ਸੋਟਾ ਘੁਮਾ ਲਏਗਾ ਨਾ, ਉਹ ਫਿਰ ਛੋਟੇ ਸ਼ਸਤਰ ਵੀ ਹੌਲੇ ਸਮਝ ਕੇ ਚਲਾ ਲਏਗਾ। ਭਾਰੇ ਭਾਰੇ ਮੁਦਗਰ ਘੁਮਾ ਘੁਮਾ ਕੇ ਸਿੰਘ, ਤੇ ਫਿਰ ਆਪਣੇ ਡੋਲਿਆਂ ਦੀ ਕਸਰਤ ਕਰਦੇ ਨੇ, ਕਰਾਂ ਕੁਵਾਇਦ ਦੋਏ ਦੋਏ ਜੋਟੇ, ਦੋ ਦੋ ਸਿੰਘਾਂ ਦੇ ਜੋਟੇ ਬਣਾ ਦਿੰਦੇ ਆ, ਤੇ ਉਹ ਸੋਟਿਆਂ ਨਾਲ ਲੜਦੇ ਆਪਸ ਵਿੱਚ, ਕੁਵਾਇਦ ਕਰਦੇ। ਵਾਹਣ ਮਦ ਸਤਗੁਰ ਜਾ ਖੜਾ, ਫਿਰ ਮਹਾਰਾਜ ਵਾਹਣਾਂ ਵਿੱਚ ਜਾ ਖਲੋਂਦੇ। ਵਾਹਣ ਕਿਹੜੇ ਹੁੰਦੇ ਆ? ਜਿੱਥੇ ਪਹਿਲੀ ਪੈਰ ਲੜਾਈ ਹੋਵੇ ਨਾ ਹਲ ਦੇ ਨਾਲ, ਤੇ ਮੋਟੇ ਮੋਟੇ ਡਲੇ ਹੁੰਦੇ ਆ, ਤੇ ਉਹ ਜਿਹੜਾ ਵਾਹਣ ਹੁੰਦਾ ਉਹਦੇ ਵਿੱਚ ਦੌੜਨਾ ਔਖਾ ਹੁੰਦਾ ਥੋੜ੍ਹਾ। ਉਹਦੇ 'ਚ ਦੌੜਾਉਂਦੇ ਆ ਵੀ ਕੱਲ੍ਹ ਨੂੰ ਕਿਤੇ ਖੇਤਾਂ ਦੇ ਵਿੱਚ ਦੌੜਨਾ ਪੈ ਜਾਵੇ, ਕਿਤੇ ਪਾਣੀ ਲੱਗਾ ਹੋਵੇ ਖੇਤਾਂ 'ਚ, ਉੱਥੇ ਦੌੜਨਾ ਪੈ ਜਾਵੇ, ਕੀ ਕਰੋਗੇ? ਸਾਰੀ ਟ੍ਰੇਨਿੰਗ ਦਸਵੇਂ ਪਾਤਸ਼ਾਹ ਆਪ ਦਿੰਦੇ ਆ। ਚੱਕ ਚੱਕ ਢੀਮਣ ਸੋ ਸਿੰਘ ਲੜਾ, ਤੇ ਵੱਡੇ ਵੱਡੇ ਮਿੱਟੀ ਦੇ ਡਲੇ ਚੁੱਕੇ ਉਹਨਾਂ ਨਾਲ ਸਿੰਘ ਲੜਦੇ ਆ ਵੀ ਇੱਦਾਂ ਦੂਰ ਤੋਂ ਵੱਧ ਤੋਂ ਵੱਧ ਦੂਰ ਡਲਾ ਮਾਰਨਾ, ਅਤੇ ਕੱਲ੍ਹ ਨੂੰ ਜੇ ਕੋਈ ਹੱਥ ਗੋਲਾ ਸੁੱਟਣਾ ਪੈ ਗਿਆ ਦੂਰ, ਤੇ ਉਹਦੇ 'ਚ ਉਹਨੂੰ ਅਭਿਆਸ ਹੋਣਾ ਚਾਹੀਦਾ। ਹਾਂਜੀ, ਦੋਹਰਾ ਸੌਚੀ ਖੇਡ ਹੈ ਸਿੰਘ ਜਿਮ ਜੜੈ ਅੜੈ ਸੋ ਕੁਲਾਹੀ, ਸਿੰਘ ਸੌਚੀ ਖੇਡਦੇ ਹਨ, ਸਿੰਘ ਕਬੱਡੀ ਖੇਡਦੇ ਹਨ, ਸਿੰਘ ਘੁਲਦੇ ਹਨ, ਕਈ ਸਿੰਘ ਢਾ ਲੈਂਦੇ ਆ, ਕਈ ਟਹਿ ਜਾਂਦੇ, ਏਦਾਂ ਰੋਜ਼ ਅਭਿਆਸ ਹੁੰਦਾ ਸ੍ਰੀ ਅਨੰਦਪੁਰ ਸਾਹਿਬ। ਹਾਂਜੀ, ਸਤਿਗੁਰ ਦੇਖ ਖੁਸ਼ੀਆਂ ਕਰੈ ਦੇ ਮੁਲਕ ਜਗੀਰੈ ਲਾਈ, ਮਹਾਰਾਜ ਦੇਖਦੇ ਕਿ ਸਿੰਘਾਂ ਨੂੰ ਖੁਸ਼ੀਆਂ ਕਰਦੇ, ਉਹਨਾਂ ਨੂੰ ਕਹਿ ਦਿੰਦੇ, ਕਹਿੰਦੇ ਜਾ ਤੂੰ ਤੇ ਇਰਾਨ ਦਾ ਬਾਦਸ਼ਾਹ ਬਣਨਾ, ਤੂੰ ਤੇ ਹਿੰਦੁਸਤਾਨ ਦਾ ਬਾਦਸ਼ਾਹ ਬਣਨਾ, ਤੈਨੂੰ ਫਲਾਣੇ ਮੁਲਕ ਦੀਆਂ ਜਗੀਰਾਂ ਬਚਨ ਛੱਡੀ ਜਾਂਦੇ, ਆਉਣ ਵਾਲੇ ਸਮੇਂ ਜਿਹੜਾ ਖਾਲਸੇ ਦਾ ਰਾਜ ਬਣਨਾ ਉਹਦਾ ਬਚਨ ਸਤਿਗੁਰੂ ਪਹਿਲਾਂ ਹੀ ਕਰੀ ਜਾਂਦੇ ਹਨ। ਜਾਓ ਭਾਈ ਸਤਿਗੁਰ ਕਹਿਓ ਮੁਖੋਂ ਮੰਗੋ ਜਗੀਰਾਂ, ਤੇ ਨਾਲੇ ਸਿੰਘਾਂ ਨੂੰ ਕਹਿੰਦੇ ਮੰਗੋ ਸਿੰਘੋ ਜਗੀਰਾਂ ਕਿੰਨੀਆਂ ਕੁ ਚਾਹੀਦੀਆਂ ਤੁਹਾਨੂੰ ਦੇ ਦਈਏ। ਮਿਲਕ ਮੁਲਕ ਤੂੰ ਮੋਕ ਸੋ ਵੀਰਾਂ, ਤੁਹਾਡੇ ਵਰਗੇ ਸੂਰਮਿਆਂ ਨੂੰ ਮੁਲਕਾਂ ਦਾ ਰਾਜ ਦਵਾਵਾਂਗੇ, ਬਾਦਸ਼ਾਹੀਆਂ ਦਵਾਵਾਂਗੇ ਸੂਰਮਿਓ। ਜਹਿ ਜਹਿ ਤੁਮਰੋ ਮਨ ਪਤੀ ਆਏ, ਜਿੱਥੇ ਜਿੱਥੇ ਤੁਹਾਡਾ ਮਨ ਕਰਦਾ ਉੱਥੋਂ ਉੱਥੋਂ ਦਾ ਰਾਜ ਮੰਗ ਲਓ, ਅਸੀਂ ਦੇਣ ਨੂੰ ਤਿਆਰ ਹਾਂ। ਸੋ